ਨਮਸਕਾਰ, ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਅੱਜ ਗੁਰਦਾਸਪੁਰ ਵਿੱਚ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਆਰ ਕੇ ਜੈਨ ਜੀ ਦੀਆਂ ਹਦਾਇਤਾਂ ਮੁਤਾਬਕ ਅਤੇ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਜੀ ਦੀ ਦੇਖ ਰੇਖ ਹੇਠ ਅਤੇ ਸੈਸ਼ਨ ਡਿਵੀਜ਼ਨ ਗੁਰਦਾਸਪੁਰ ਅਧੀਨ ਸਮੂਹ ਨਿਆਇਕ ਅਦਾਲਤਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਦੀ ਰਹਿਨੁਮਾਈ ਸ਼੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਜੀ ਦੀ ਦੁਆਰਾ ਕੀਤੀ ਗਈ। ਇਸ ਨੈਸ਼ਨਲ ਲੋਕ ਅਦਾਲਤ ਲਈ ਗੁਰਦਾਸਪੁਰ ਅਤੇ ਬਟਾਲੇ ਦੇ ਨਿਆਇਕ ਅਧਿਕਾਰੀਆਂ ਦੇ ਕੁੱਲ 6 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਈ ਪ੍ਰਕਾਰ ਦੇ ਕੇਸ ਸ਼ਾਮਲ ਸਨ। ਜੋ ਕੇਸਾਂ ਦੇ ਨਿਪਟਾਰੇ ਲਈ ਕੁੱਲ 2800 ਕੇਸ ਸੁਣਵਾਈ ਲਈ ਰੱਖੇ ਗਏ, ਜਿਨ੍ਹਾਂ ਵਿੱਚੋਂ ਕੁੱਲ 196 ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ ਅਤੇ 4,38,76,000 ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ। ਇਸ ਮੌਕੇ 'ਤੇ ਮਾਨਯੋਗ ਸ਼੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਜੀ ਨੇ ਦੱਸਿਆ ਕਿ ਲੋਕ ਅਦਾਲਤਾਂ ਦਾ ਮੁੱਖ ਮਨੋਰਥ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਹੈ, ਤਾਂ ਜੋ ਦੋਵਾਂ ਧਿਰਾਂ ਦੇ ਕੀਮਤੀ ਸਮੇਂ ਅਤੇ ਧਨ ਦੀ ਬੱਚਤ ਹੋ ਸਕੇ ਅਤੇ ਆਪਸੀ ਦੁਸ਼ਮਣੀ ਘਟਾਈ ਜਾ ਸਕੇ। ਉਹਨਾਂ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਫੈਸਲਾ ਹੋਏ ਕੇਸਾਂ ਦੇ ਲਾਭਾਂ 'ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਫੈਸਲਾ ਹੋਏ ਕੇਸਾਂ ਦੀ ਅੱਗੇ ਕੋਈ ਅਪੀਲ ਨਹੀਂ ਹੋ ਸਕਦੀ, ਕਿਉਂਕਿ ਲੋਕ ਅਦਾਲਤ ਵਿੱਚ ਫੈਸਲਾ ਅਤੇ ਦੋਵਾਂ ਧਿਰਾਂ ਦੀ ਆਪਸੀ ਸਹਿਮਤਾ ਰਾਹੀਂ ਕਰਵਾਇਆ ਜਾਂਦਾ ਹੈ। ਇਸ ਨਾਲ ਝਗੜਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਫੈਸਲਾ ਹੋਏ ਕੇਸ ਵਿੱਚ ਲਗਾਈ ਗਈ ਕੋਰਟ ਫੀਸ ਵੀ ਵਾਪਸ ਕੀਤੀ ਜਾਂਦੀ ਹੈ। ਲੋਕ ਅਦਾਲਤਾਂ ਰਾਹੀਂ ਫੈਸਲੇ ਹੋਏ ਕੇਸਾਂ ਦੇ ਲਾਭਾਂ 'ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਫੈਸਲੇ ਹੋਏ ਕੇਸ ਦੀ ਅੱਗੇ ਕੋਈ ਅਪੀਲ ਨਹੀਂ ਹੋ ਸਕਦੀ, ਕਿਉਂਕਿ ਲੋਕ ਅਦਾਲਤ ਵਿੱਚ ਫੈਸਲਾ ਦੋਨਾਂ ਧਿਰਾਂ ਦੀ ਆਪਸੀ ਸਹਿਮਤੀਆਂ ਰਾਹੀਂ ਕਰਵਾਇਆ ਜਾਂਦਾ ਹੈ। ਇਸ ਨਾਲ ਝਗੜਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਫੈਸਲਾ ਹੋਏ ਕੇਸ ਵਿੱਚ ਲਗਾਈ ਗਈ ਕੋਰਟ ਫੀਸ ਵੀ ਵਾਪਸ ਕੀਤੀ ਜਾਂਦੀ ਹੈ। ਉੱਥੇ ਹੀ ਕੇਸਾਂ ਦੇ ਨਿਪਟਾਰੇ ਵਜੋਂ ਜਿਨ੍ਹਾਂ ਲੋਕਾਂ ਦੇ ਕੇਸਾਂ ਵਿੱਚ ਸੁਣਵਾਈ ਹੋਈ ਅਤੇ ਕਈਆਂ ਨੂੰ ਫੈਸਲਾ ਦਿੱਤਾ ਗਿਆ, ਉਹਨਾਂ ਨੇ ਇਸ ਉੱਪਰ ਆਪਣੀ ਪ੍ਰਤੀਕਿਰਿਆ ਜਗਾਉਂਦਿਆਂ ਖੁਸ਼ੀ ਜਤਾਈ ਅਤੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਲੋਕ ਅਦਾਲਤਾਂ ਲੱਗਦੀਆਂ ਰਹਿਣੀਆਂ ਚਾਹੀਦੀਆਂ ਹਨ, ਜਿਸ ਵਿੱਚ ਲੋਕਾਂ ਦਾ ਸਮਾਂ ਵੀ ਬਚਦਾ ਹੈ ਅਤੇ ਧਨ ਦੀ ਬੱਚਤ ਵੀ ਹੁੰਦੀ ਹੈ ਅਤੇ ਲੋਕਾਂ ਨੂੰ ਨਿਆਂ ਵੀ ਜਲਦੀ ਮਿਲਦਾ ਹੈ। ਅੱਜ ਦੀ ਲੋਕ ਅਦਾਲਤ ਦੇ ਵਿੱਚ ਸਾਡੇ ਕੋਲ ਇੱਕ ਹੋਰ ਸੈਟਲਮੈਂਟ ਦੀ ਇੱਕ ਸਕਸੈਸ ਸਟੋਰੀ ਆਈ ਹੈ। ਇਹ ਵੀ ਇੱਕ ਐਕਸੀਡੈਂਟਲ ਕੇਸ ਹੈ। ਸਰਦਾਰ ਜਸਵਿੰਦਰ ਸਿੰਘ ਜੀ ਦੀ ਨਿਗਰਾਨੀ ਦੇ ਵਿੱਚ ਇਹਨਾਂ ਨੇ ਬਹੁਤ ਸਕਸੈਸਫੁਲੀ ਇਸ ਕੇਸ ਦਾ ਨਿਪਟਾਰਾ ਕੀਤਾ ਹੈ। ਇਸ ਕੇਸ ਦੇ ਵਿੱਚ ਸਰਦਾਰ ਸਤਨਾਮ ਸਿੰਘ ਜਿਹੜੇ ਕਿ ਕਲੇਮੈਂਟਸ ਦੇ ਪਤੀ ਔਰ ਪਿਤਾ ਸੀ, ਉਹਨਾਂ ਦੀ 2018 'ਚ ਡੈਥ ਹੋ ਗਈ ਔਰ ਜੱਜ ਸਾਹਿਬ ਨੇ ਇੰਸ਼ੋਰੈਂਸ ਕੰਪਨੀ ਨੂੰ ਪਰਸੂਏਡ ਕੀਤਾ ਕਿ ਇਹਨਾਂ ਦਾ ਲੋਕ ਅਦਾਲਤ ਵਿੱਚ ਨਿਪਟਾਰਾ ਕੀਤਾ ਜਾਵੇ ਔਰ ਇਹਨਾਂ ਨੇ ਮੰਨਿਆ। ਔਰ ਇਸ ਕੇਸ ਦੇ ਵਿੱਚ ਮੁੱਖ ਦੀ ਗੱਲ ਇਹ ਹੈ ਕਿ ਬਿਨਾਂ ਦੇਰੀ ਤੋਂ
65 ਲੱਖ ਰੁਪਇਆ ਕਲੇਮੈਂਟਸ ਨੂੰ ਮਿਲਣ ਦਾ ਸੈਟਲਮੈਂਟ ਹੋਈ ਹੈ ਇਹਨਾਂ ਨੂੰ। ਇਹ ਜਿਹੜੀ ਅੱਜ ਦੀ ਸੈਟਲਮੈਂਟ ਹੈ ਇਹ ਅਵਾਰਡ ਹੋਏਗਾ, ਓਨਾ ਹੀ ਅਵਾਰਡ ਜਿੱਦਾਂ ਐੱਮ ਏ ਸੀ ਟੀ ਕੇਸ ਵਿੱਚ ਹੁੰਦਾ ਆ। ਔਰ ਇਸ ਕੇਸ ਦੀ ਇਸ ਅਵਾਰਡ ਨੂੰ ਐਜ਼ ਡਿਗਰੀ ਐਗਜੀਕਿਊਟ ਕੀਤਾ ਜਾਏਗਾ, ਇਹਦੀ ਕੋਈ ਅਪੀਲ ਨਹੀਂ, ਕੋਈ ਅੱਗੋਂ ਕੁਛ ਹੋਰ ਨਹੀਂ ਹੈ। ਔਰ ਕਲੇਮੈਂਟਸ ਨੂੰ ਜਿਹੜੇ ਮਰਨ ਵਾਲੇ ਦੇ ਉੱਤਰਾਧਿਕਾਰੀ ਆ ਉਹਨਾਂ ਨੂੰ ਪੈਸਾ ਮਿਲ ਜਾਏਗਾ। ਪਹਿਲਾਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਿਸੇ ਦੀ ਡੈਥ ਦੇ ਨਾਲ ਹਿਊਮਨ ਬੀਇੰਗ ਦਾ ਕੋਈ ਸਬਸਟੀਟਿਊਟ ਨਹੀਂ, ਮਨੁੱਖੀ ਜੀਵਨ ਦਾ ਕੋਈ ਸਬਸਟੀਟਿਊਟ ਨਹੀਂ ਹੁੰਦਾ, ਪਰ ਪੈਸੇ ਦੇ ਨਾਲ ਉਸਦੀ ਫੈਮਿਲੀ ਨੂੰ ਜਿਹੜੀਆਂ ਆਈਆਂ ਦਿੱਕਤਾਂ ਆ ਉਹ ਦੂਰ ਥੋੜ੍ਹਾ ਜਿਹਾ ਅਸੀਂ ਕੋਸ਼ਿਸ਼ ਕਰਾਂਗੇ ਉਹ ਘੱਟ ਹੋਣ। ਇਸ ਤਰ੍ਹਾਂ ਹੀ ਬਾਕੀ ਕੋਰਟਾਂ ਦੇ ਵਿੱਚ ਵੀ ਐੱਮ ਏ ਸੀ ਟੀ ਕੇਸਾਂ ਵਿੱਚ, ਐਕਸੀਡੈਂਟ ਕੇਸਾਂ ਦੇ ਵਿੱਚ, ਫੈਮਿਲੀ ਕੋਰਟ ਦੇ ਕੇਸਾਂ 'ਚ, ਬੈਂਕ ਦੀ ਰਿਕਵਰੀ ਦੇ ਕੇਸਾਂ ਦੇ ਵਿੱਚ ਸਾਰੇ ਔਫੀਸਰ ਸਾਹਿਬਾਨ ਕੰਮ ਕਰ ਰਹੇ ਆ। ਔਰ ਥੋੜ੍ਹੀ ਦੇਰ ਬਾਅਦ ਤੁਹਾਨੂੰ ਦੱਸਦੇ ਹਾਂ ਰਿਜ਼ਲਟ ਕੀ ਆਉਂਦੇ ਆ। ਟੋਟਲ ਕੇਸ ਅੱਜ ਜਿਹੜੇ ਕਿੰਨੇ ਕੀਤੇ ਜਾਂ ਦੇਖੇ ਜਾ ਰਹੇ ਆ? ਅੱਜ ਅਸੀਂ ਲੋਕ ਅਦਾਲਤ ਦੇ ਵਿੱਚ 2800 ਕੇਸ ਲਗਾਏ ਹੋਏ ਆ, ਔਰ 6 ਬੈਂਚ ਹੈ, 1 ਬੈਂਚ ਬਟਾਲਾ ਦੇ ਵਿੱਚ ਹੈ ਔਰ 5 ਬੈਂਚ ਇੱਥੇ ਆ। ਅਜੇ ਲੋਕ ਅਦਾਲਤ ਦਾ ਕੰਮ ਇਨ ਪ੍ਰੋਗਰੈਸ ਹੈ ਅਤੇ 1 ਵਜੇ ਤੱਕ ਸਾਨੂੰ ਪਤਾ ਕਲੀਅਰ ਪਿਕਚਰ ਆ ਜਾਏਗੀ ਕਿ ਟੋਟਲ ਕੇਸ ਕਿੰਨੇ ਡਿਸਾਈਡ ਹੋਏ ਆ, ਸੈਟਲ ਹੋਏ ਆ। ਕੀ ਨਾਮ ਆ ਭਾਜੀ ਆਪਣਾ? ਬਰਿੰਦਰਪਾਲ ਸਰ। ਬਰਿੰਦਰਪਾਲ ਜੀ, ਅੱਜ ਲੋਕ ਅਦਾਲਤ ਲੱਗੀ ਆ, ਤੁਹਾਨੂੰ ਤੁਹਾਡਾ ਕੀ ਵਿਸ਼ਵਾਸ ਆ ਕਿ ਲੋਕ ਅਦਾਲਤ ਦੇ ਵਿੱਚ ਜਿਹੜਾ ਲੋਕਾਂ ਦੇ ਆ ਜਲਦੀ ਨਿਪਟਾਰੇ ਕੀਤੀ ਜਾਂਦੇ ਆ? ਜੀ ਵੈਸੇ ਜਲਦੀ ਤੋਂ ਜਲਦੀ ਜੇ ਆ ਜਿਹੜਾ ਹੈ ਕਿ ਨਿਪਟਾਰਾ ਹੋ ਜਾਂਦਾ। ਹਾਂਜੀ, ਅਤੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੰਪਰੋਮਾਈਜ਼ ਹੋ ਜਾਵੇ। ਬਹੁਤ ਵਧੀਆ ਗੱਲ ਆ, ਇਹਦੇ ਨਾਲ ਮਤਲਬ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਹੋ ਜਾਵੇ, ਹੋਰ ਕੀ ਚਾਹੀਦਾ। ਅਤੇ ਬੈਨੀਫਿਟ ਇਹ ਜੀ, ਸਮਾਂ ਬਹੁਤ ਬਚਦਾ ਜੀ, ਜਿਹੜਾ ਕੋਰਟਾਂ 'ਚ ਖੱਜਲ ਖੁਆਰੀ ਆ ਉਹ ਛੇਤੀ ਹੀ ਨਿਪਟਾਰਾ ਹੋ ਜਾਂਦਾ। ਅਤੇ ਸਾਡਾ ਵੀ ਕੇਸ ਵੀ ਚੱਲ ਰਿਹਾ ਸੀ ਅਤੇ ਪਰਸੋਂ ਦੀ ਤਰੀਕ ਸੀ, ਉਹਨਾਂ 13 ਤਰੀਕ ਪਾ ਕੇ ਅੱਜ ਸਾਡਾ ਫੈਸਲਾ ਹੋ ਗਿਆ, ਸਾਡਾ ਰਾਜੀਨਾਮਾ ਵੀ ਹੋ ਗਿਆ। ਤੁਸੀਂ ਚਾਹੁੰਦੇ ਹੋ ਕਿ ਲੋਕ ਅਦਾਲਤਾਂ ਲੱਗੀਆਂ ਰਹਿਣੀਆਂ ਚਾਹੀਦੀਆਂ? ਹਾਂਜੀ ਹਾਂਜੀ, ਸਾਰੇ ਤਾਂ ਮੈਂ ਤਾਂ ਕੇਸ ਜਿਹੜੇ ਇੱਦਾਂ ਹੀ ਛੇਤੀ ਵਿੱਚ ਮੁੱਕ ਜਾਣ, ਜਿਹੜੇ ਵੀ ਕੇਸ ਚੱਲਣ ਡੇ ਨੇ ਕੋਟਾ ਲੰਬੇ ਪੈਂਡਿੰਗ ਪਏ ਲੋਕਾਂ ਦੇ, ਉਹ ਜਲਦੀ ਜਲਦੀ ਹੱਲ ਹੋਣੇ ਚਾਹੀਦੇ। ਸਰ ਕੀ ਨਾਮ ਆ? ਚਰਨਜੀਤ ਸਿੰਘ। ਚਰਨਜੀਤ ਜੀ, ਲੋਕ ਅਦਾਲਤ ਲੱਗੀ ਹੈ, ਤੁਸੀਂ ਆਪਣਾ ਫੈਸਲਾ ਸੁਣ ਕੇ ਆਇਓ, ਕਿਸ ਤਰ੍ਹਾਂ ਦਾ ਇਹ ਉਪਰਾਲਾ ਲੱਗਿਆ ਲੋਕ ਅਦਾਲਤਾਂ ਦਾ? ਜੀ, ਸਰਕਾਰ ਦੀ ਬਹੁਤ ਵਧੀਆ ਇਹ ਪਾਲਿਸੀ ਹੈ, ਲੋਕ ਅਦਾਲਤਾਂ ਜਿਹੜੀਆਂ ਮੈਂ ਤਾਂ ਕਹਿੰਦਾ ਹਰ ਮਹੀਨੇ ਲੱਗਣੀ ਚਾਹੀਦੀ ਹੈ। ਇਹਦੇ ਨਾਲ ਇੱਕ ਤਾਂ ਟਾਈਮ ਬਚਦਾ ਅਤੇ ਇੱਕ ਲੋਕਾਂ ਨੂੰ ਇਨਸਾਫ ਵੀ ਮਿਲਦਾ, ਅਤੇ ਜੱਜ ਸਾਹਿਬ ਵੀ ਬਹੁਤ ਵਧੀਆ ਸਮਝਾਉਂਦੇ ਆ, ਨਾਲ ਵਕੀਲ ਸਾਹਿਬ ਬੈਠੇ ਤੇ ਇਹ, ਅਤੇ ਦੋਵਾਂ ਤਰ੍ਹਾਂ ਨੂੰ ਸਮਝਾ ਕੇ ਅਤੇ ਉਹ ਮੌਕੇ 'ਤੇ ਇਹਨਾਂ ਦਾ ਫੈਸਲਾ ਹੋ ਜਾਂਦਾ। ਅਤੇ ਅਗਰ ਕੋਈ ਥੋੜ੍ਹੀ ਬਹੁਤੀ ਕਿਸੇ ਦੇ ਉੱਤੇ ਕੋਈ ਵੀ ਆਪੋ ਜਾਣ ਬਣ ਅਤੇ ਉਹਨੂੰ ਵੀ ਉਹ ਹੱਲ ਕਰ ਲੈਣਾ, ਇਹ ਸਦਾ ਲੱਗਣਾ।